ਪੰਜਾਬੀ ਰੇਡੀਓ ਯੂਐਸਏ ਸਾਰੇ ਸਾਰੇ ਸਰੋਤਿਆਂ ਨੂੰ ਬਲਤੇਜ ਤੁਹਾਨੂੰ ਦੀ ਸਤਿ ਸ਼੍ਰੀ ਅਕਾਲ ਪ੍ਰਵਾਣ ਹੋਵੇ ਅੱਜ 1 ਨਵੰਬਰ ਹੈ ਇਥੋਂ ਸਾਡੇ ਮੁਤਾਬਕ ਤੇ 1 ਨਵੰਬਰ ਨੂੰ ਪੰਜਾਬ ਦਿਨ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ ਜਦੋਂ ਵੀ ਪੰਜਾਬ ਦਾ ਜ਼ਿਕਰ ਆਉਂਦਾ ਪੰਜਾਬੀ ਬੋਲੀ ਦਾ ਜ਼ਿਕਰ ਆਉਂਦਾ ਹੈ ਤੇ ਉਹਨਾਂ ਲੋਕਾਂ ਦਾ ਜ਼ਿਕਰ ਵੀ ਆਉਂਦਾ ਜਿਹੜੇ ਜਿਨ੍ਹਾਂ ਨੇ ਕੁਝ ਕੀਤਾ ਅੱਜ ਭਾਸ਼ਾ ਦੇ ਆਧਾਰ ਦੇ ਉੱਤੇ ਬਣਿਆ ਸੂਬਾ ਪੰਜਾਬੀ ਸੂਬੀ ਵਾਂਗੂ ਭੋਰਾ ਕੁ ਸਿਮਟ ਕੇ ਰਹਿ ਗਿਆ ਕਿਸੇ ਵੇਲੇ ਖਬਰ ਤੱਕ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਰਾਜ ਵੇਲੇ ਪਹਾਸ਼ਾਵਾਂ ਦੀ ਉਚੇਚੇ ਤੌਰ ਦੇ ਉੱਤੇ ਕਦਰ ਕੀਤੀ ਜਾਂਦੀ ਹੁੰਦੀ ਸੀ ਅੱਜ ਪੰਜਾਬੀ ਸੂਬਾ ਭੋਰਾ ਭੋਰਾ ਜ਼ਿਲ੍ਹਿਆਂ ਦੇ ਵਿੱਚ ਸਿਮਟ ਗਿਆ ਜਿਵੇਂ ਤੁਸੀਂ हरियाणा ने दी सरहद ਤੋਂ ਤਰੋ ਤੇ ਵਾਗੇ ਤੱਕ ਜਾਂਦਿਆਂ ਕੁਝ 300 ਸਵਾ 300 ਕਿਲੋਮੀਟਰ ਦਾ ਸਫ਼ਰ ਰਹਿ ਗਿਆ। ਲਛਮਨ ਸਿੰਘ ਗਿੱਲ 25 ਨਵੰਬਰ 1967 ਤੋਂ ਲੈ ਕੇ 22 ਅਗਸਤ 1968 ਤੱਕ ਮੁੱਖ ਮੰਤਰੀ ਰਹੇ। 9 ਮਹੀਨੇ ਦੇ ਛੋਟੇ ਜਿਹੇ ਕਾਰਜਕਾਲ ਦੇ ਦੌਰਾਨ ਉਹਨਾਂ 19 ਦਸੰਬਰ 1967 ਦੇ ਵਿੱਚ ਰਾਜ ਭਾਸ਼ਾ ਬਿੱਲ ਪਾਸ ਕਰਾਇਆ। 13 April 1968 ਤੋਂ ਮਾਂ ਬੋਲੀ ਨੂੰ ਦਫਤਰੀ ਭਾਸ਼ਾ ਬਣਾਇਆ ਲਿੰਕ ਸੜਕਾਂ ਦਾ ਜਾਲ ਵਿਛਾਇਆ ਬਿਜਲੀ ਦੇ ਫਲੈਟ ਰੇਟ ਪ੍ਰਾਈਵੇਟ ਮਾਨਤਾ ਪ੍ਰਾਪਤ ਸਕੂਲਾਂ ਨੂੰ 95% ਦੀ ਗ੍ਰਾਂਟ ਤੇ ਪਿੰਡੂ ਵਿਕਾਸ ਨੂੰ ਨਵਾਂ ਰਾਹ ਲਖਮਣ ਸਿੰਘ ਗਿੱਲ ਨੇ ਵਿਖਾਇਆ ਤੋਂ ਮਾਤ ਭਾਸ਼ਾ ਦੇ ਨਾਮ ਦੇ ਉੱਤੇ ਇਹ ਦਿਨ ਬਹੁਤੀ ਵਾਰੀ ਇਸ਼ਤਿਹਾਰਾਂ ਤੱਕ ਸੀਮਤ ਹੋ ਕੇ ਰਹਿ ਜਾਂਦਾ ਵੱਧ ਕਿਸਮ ਦੀ ਇਹ ਆ ਕਿ ਅੱਜ ਕਿਸੇ ਜਗ੍ਹਾ ਦੇ ਉੱਤੇ ਕੋਈ ਇਸ਼ਤਿਹਾਰ ਵੀ ਵੇਖਣ ਨੂੰ ਨਹੀਂ ਮਿਲੇ ਨਹੀਂ ਤਾਂ ਪੰਜਾਬ ਦਿਵਸ ਦੇ ਰੂਪ ਦੇ ਵਿੱਚ ਇਸ਼ਤਿਹਾਰ ਪਹਿਲਾਂ ਅਖਬਾਰਾਂ ਦੇ ਵਿੱਚ ਘੱਟੋ-ਘੱਟ ਦਿਖ ਪੈਂਦੇ ਹੁੰਦੇ ਸੀ ਮਤਲਬ ਕਿ ਇਨਾਂ ਨੂੰ ਵਿਸਾਰ ਦਿੱਤਾ ਗਿਆ ਭਾਸ਼ਾ ਨੂੰ ਕਿ ਭਾਸ਼ਾ ਦੇ ਨਾਂ ਦੇ ਉੱਤੇ ਬਣੀ ਪੰਜਾਬੀ ਯੂਨੀਵਰਸਿਟੀ ਤੇ ਭਾਸ਼ਾ ਨੂੰ ਵਿਕਸਿਤ ਕਰਨ ਦੇ ਵਾਸਤੇ ਪਟਿਆਲੇ ਦੇ ਵਿੱਚ ਖੁੱਲ੍ਹਿਆ ਭਾਸ਼ਾ ਵਿਭਾਗ ਅੱਜ ਡਿੱਕ ਡੋਲੇ ਖਾਂਦਾ ਜਿੱਥੇ ਪੰਜਾਬੀ ਯੂਨੀਵਰਸਿਟੀ ਨੂੰ ਸੰਭਾਲਣ ਦੀ ਲੋੜ ਹੈ ਭਾਸ਼ਾ ਵਿਭਾਗ ਵਰਗੀਆਂ ਥਾਵਾਂ ਸੰਭਾਲਣ ਦੀ ਵੀ ਲੋੜ ਹੈ ਜਿੱਥੇ ਇੱਕ ਰੈਫਰੈਂਸ ਲਾਇਬ੍ਰੇਰੀ ਕਿਸੇ ਦਿਨ ਸਯੋਗ ਖਾ ਜੋਗੀ ਪੂਰੀ ਦੀ ਪੂਰੀ ਤੇ ਉਹ ਇੱਕ ਵੱਡਾ ਢਾਂਚਾ ਡਿੱਗ ਪੂਗਾ ਜਿਉਂ ਦਿਉਂ ਭਾਸ਼ਾ ਵਿਭਾਗ ਦੇ ਵਿੱਚ ਕੰਮ ਕਰਨ ਵਾਲੇ ਕਾਂਬੇ ਰਿਟਾਇਰ ਹੁੰਦੇ ਗਏ ਅੱਗੋਂ ਕਿਸੇ ਨੇ ਨਵੇਂ ਰੱਖੇ ਹੀ ਨਾ ਤੇ ਜੇ ਅੱਜ ਭਾਸ਼ਾ ਵਿਭਾਗ ਦੀ ਗੱਲ ਕਰਨੀ ਹੋਵੇ ਤਾਂ ਉਥੇ ਇਹ ਹੌਲੀ-ਹੌਲੀ ਖੰਡਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਪਹਿਲੀ ਨਵੰਬਰ ਨੂੰ ਗੱਲ ਕਰਨੀ ਹੋਵੇ ਤੇ ਅੱਜ ਪ੍ਰਗਟ ਸਿੰਘ ਹਰੀ ਸਿੱਖਿਆ ਮੰਤਰੀ ਨੇ ਜੇ ਉਹ ਕੁਝ ਕਰ ਸਕਦੇ ਨੇ ਤੇ ਇਹ ਕਰ ਸਕਦੇ ਨੇ ਕਿ ਪੰਜਾਬੀ ਬੋਲੀ ਪਹਿਲੀ ਤੋਂ ਲਾਗੂ ਕਰਵਾ ਦੇਣ ਉਹ ਇਤਿਹਾਸ ਜਿਹੜਾ ਅੱਜ ਤੋਂ 20 25 ਸਾਲ ਪਹਿਲਾਂ 5ਵੀਂ 6ਵੀਂ ਤੋਂ ਸ਼ੁਰੂ ਕੀਤਾ ਜਾਂਦਾ ਹੁੰਦਾ ਸੀ ਉਹ ਇਤਿਹਾਸ ਮੁੜ ਕੇ ਆਵੇ ਪੱਕੇ ਤਾਂ ਕਿਸੇ ਨੇ ਬੈਠੇ ਨਹੀਂ ਰਹਿਣਾ ਇਹਨਾਂ ਗੱਡੀਆਂ ਦੇ ਉੱਤੇ ਜੇਕਰ ਉਹ ਇਸ ਤਰ੍ਹਾਂ ਦਾ ਕੁਝ ਕੰਮ ਕਰਦੇ ਆ ਤੇ ਜਿਵੇਂ ਜਦੋਂ ਭਾਸ਼ਾ ਦਿਨ ਆਉਂਦਾ ਪਹਿਲੀ ਨਵੰਬਰ ਆਉਂਦਾ ਤੇ ਅਸੀਂ ਲਖਮਣ ਸਿੰਘ ਗਿੱਲ ਨੂੰ ਯਾਦ ਕਰਦੇ ਆ ਇਸ ਕਰਕੇ ਯਾਦ ਕਰਦੇ ਆ ਕਿ ਐਵੇਂ ਛੋਟੇ ਜੇ ਕਾਰਜਕਾਲ ਦੇ ਵਿੱਚ ਉਹਨਾਂ ਪੰਜਾਬੀ ਬੋਲੀ ਦੇ ਵਾਸਤੇ ਬਹੁਤ ਕੁਝ ਕੀਤਾ ਪੰਜਾਬੀ ਬੋਲੀ ਦੇ ਵਾਸਤੇ ਜਿੰਨਾਂ ਲੋਕਾਂ ਵੀ ਥੋੜਾ ਬਹੁਤਾ ਵੀ ਕੀਤਾ ਜਿੰਨਾਂ ਲੋਕਾਂ ਨੇ ਆਪਣੇ ਘਰਾਂ 'ਚ ਅੱਜ ਵੀ ਜਿਉਂਦੀ ਰੱਖੀ ਆਪਣੇ ਬੱਚਿਆਂ ਨੂੰ ਉਹ ਪੰਜਾਬੀ ਭਾਸ਼ਾ ਸਿਖਾ ਕੇ ਮਾਣ ਮਹਿਸੂਸ ਕਰਦੇ ਆ ਉਹ ਲੋਕ ਪੰਜਾਬੀ ਦਿਵਸ ਦੀਆਂ ਮੁਬਾਰਕਾਂ ਜ਼ਰੂਰ ਦੇ ਸਕਦੇ ਆ ਜਿਨ੍ਹਾਂ ਨੇ ਇਸ ਮਾਂ ਬੋਲੀ ਨੂੰ ਆਪਣੇ ਘਰੋਂ ਤਲਾੰਜਲੀ ਦੇ ਦਿੱਤੀ ਬਾਹਰ ਕੱਢ ਦਿੱਤਾ ਜਾਂ ਉਹ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਉਹਨਾਂ ਬੱਚਿਆਂ ਦੇ ਨਾਲ ਨਹੀਂ ਖੇਡਣ ਦਿੰਦੇ ਜਿਹੜੇ ਪੰਜਾਬੀ ਦੇ ਵਿੱਚ ਬੋਲਦੇ ਆ ਉਹਨਾਂ ਤੋਂ ਕਿਹੋ ਜੀ ਆਸ ਰੱਖੀ ਜਾ ਸਕਦੀ ਆ ਪ੍ਰਗਟ ਸਿੰਘ ਹੋਰੰਦਾ ਜ਼ਿਕਰ ਮੈਂ ਤਾਂ ਕੀਤਾ ਕਿ ਕੁਝ ਫੇਰ ਵੀ ਸਿਆਸਤ ਦੇ ਵਿੱਚ ਮਾੜੇ-ਭੋਟੇ ਕਰਦਾਰ ਬਚਦੇ ਆ ਜਿਹੜੇ ਕਿ ਇਮਾਨਦਾਰ ਨੇ ਤੇ ਉਹਨਾਂ ਤੋਂ ਇਹ ਵੀ ਆਸ ਕੀਤੀ ਜਾ ਸਕਦੀ ਹੈ ਕਿ ਸ਼ਾਇਦ ਉਹ ਕੁਝ ਨਵੇਂ ਕਲਾ ਕਰ ਜਾਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਰਾ ਨੇ 1 ਨਵੰਬਰ ਤੋਂ ਮਿਸ਼ਨ ਕਲੀਨ ਸ਼ੁਰੂ ਕਰਨ ਦਾ ਐਲਾਨ ਕੀਤਾ ਇਹ ਆਖਿਆ ਕਿ ਪੰਜਾਬ ਤੋਂ ਮਾਫੀਆ ਰਾਜ ਦਾ ਖਾਤਮਾ ਕੀਤਾ ਜਾਊਗਾ ਮੁੱਖ ਮੰਤਰੀ ਹੁਰਾ ਨੇ ਡਿਪਟੀ ਕਮਿਸ਼ਨਰਾਂ ਐਸਐਸਪੀਜ਼ ਦੇ ਨਾਲ ਮੀਟਿੰਗ ਕੀਤੀ ਉਨ੍ਹਾਂ ਨੂੰ ਹਦਾਇਤਾਂ ਜਾਰੀ ਕਰਕੇ ਨਜਾਇਜ਼ ਸ਼ਰਾਬ ਨਸ਼ੇ ਤੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਕਿਹਾ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਮੌਕੇ ਰਾਜ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਫੈਸਲਾ ਲਿਆ ਇਹ ਫੈਸਲੇ ਕਾਗਜ਼ੀ ਨੇ ਉਹ ਵੈਸੇ ਦੀਵਾਲੀ ਦੇ ਤਿਹਾਰ ਦੇ ਮੱਦੇਨਜ਼ਰ ਵਿਸ਼ੇਸ਼ ਹਦਾਇਤਾਂ ਵੀ ਜਾਰੀ ਕੀਤੀਆਂ ਮੁੱਖ ਮੰਤਰੀ ਨੇ 18 ਨੁਕਤੇ ਏਜੰਡੇ ਦੀ ਪੂਰਤੀ ਦੇ ਹਿੱਤ ਅਧਿਕਾਰੀਆਂ ਨੂੰ ਇਹ ਕਿਹਾ ਕਿ ਪੰਜਾਬ ਦੇ ਵਿੱਚ ਨਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਜਿਹੜੀਆਂ ਸਰਹੱਦਾਂ ਲੱਗਦੀਆਂ ਨੇ ਪੰਜਾਬ ਦੇ ਨਾਲ ਉਹਨਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾਵੇ ਨਸ਼ਾ ਤਸਕਰਾਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਪੁਲਿਸ ਥਾਣਿਆਂ ਤੇ ਤਹਿਸੀਲਾਂ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੀ ਹਦਾਇਤ ਉਹਨਾਂ ਨੇ ਕੀਤੀ ਡਿਪਟੀ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਜਾਂ ਪਰੇਸ਼ਾਨੀ ਨਾ ਹੋਵੇ ਮੁੱਖ ਮੰਤਰੀ ਨੇ ਨਸ਼ਾ ਤਸਕਰੀ ਰੋਕਣ ਲਈ ਪੁਲਿਸ ਅਧਿਕਾਰੀਆਂ ਨੂੰ ਕਾਂਟ ੰਗਣ ਦੀ ਹਦਾਇਤ ਕੀਤੀ ਬੜੀ ਚੰਗੀ ਗੱਲ ਐ ਮਿਸਾਲ ਵੀ ਵਧੀਆ ਹੁਣ ਪੁਲਿਸ ਵਾਲੇ ਇਹ ਕਾਂ ਕਿਹੜਾ ਟੰਗਣਗੇ ਕਾਂ ਦੇ ਭਲੇਖੇ ਦੇ ਉੱਤੇ ਕੁਝ ਹੋਰ ਹੀ ਨਾ ਨਾ ਮਾਰ ਕੇ ਟੰਗ ਦੇਣ ਕਿਉਂਕਿ ਕਾਂ ਤਾਂ ਰਾਜਨੀਤੀ ਦੇ ਵਿੱਚ ਬੈਠੇ ਉਹ ਲੋਕ ਨੇ ਜਿਹੜੇ ਅਸਲ ਦੇ ਵਿੱਚ ਇਹਨਾਂ ਸਮਗਲਿੰਗ ਦੇ ਵਿੱਚ ਸ਼ਾਮਲ ਨੇ ਚਾਹੇ ਉਹ ਚਿੱਟੇ ਦੀ ਸਮਗਲਿੰਗ ਕਰਨ ਵਾਲਿਆਂ ਦੀ ਪਿੱਠ ਤੇ ਖੜੇ ਨੇ ਚਾਹੇ ਉਹ ਉਹਨਾਂ ਸ਼ਰਾਬ ਫੈਕਟਰੀਆਂ ਦੇ ਮਾਲਕ ਨੇ ਜਿਹੜੀਆਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਚੱਲਦੀਆਂ ਨੇ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਾਨਾਂ ਵੀ ਲਈਆਂ ਨੇ ਹੁਣ ਇਹ ਕਾਂ ਕਿਵੇਂ ਟੰਗੇ ਜਾਣਗੇ ਬੜਾ ਆਪਣੇ ਆਪ ਤੇ ਵਿੱਚ ਵੱਡਾ ਸਵਾਲ ਹੈ ਸਿਆਸੀ ਰੂਪ ਤੇ ਦੇਖੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਰਾ ਦੀ ਸ਼ਾਇਦ ਡਿਊਟੀ ਲਈ ਆ ਹਾਈ ਕਮਾਂਡ ਨੇ ਕਿਉਂਕਿ ਹਾਈ ਕਮਾਂਡ ਲਗਾਤਾਰ ਉਹਨਾਂ ਨੂੰ ਸਾਥ ਦੇ ਰਹੀ ਹੈ ਉਹ ਜਲੰਧਰ ਦੇ ਵਿੱਚ ਤੂਫਾਨੀ ਦੌਰਾ ਉਹਨਾਂ ਨੇ ਕੀਤਾ ਨੌ ਥਾਵਾਂ ਦੇ ਉੱਤੇ ਗਏ ਚਰਨਜੀਤ ਸਿੰਘ ਚੰਨੀ ਹੁਰੀ ਉਹਨਾਂ ਦਾ ਮਕਸਦ ਜਿਹੜਾ ਜਲੰਧਰ ਦੇ ਵਿੱਚ ਜਾਣਦਾ ਇਹ ਸੀਗਾ ਕਿ ਉੱਥੇ ਕਾਂਗਰਸੀ ਵਿਧਾਇਕਾਂ ਤੇ ਆਗੂਆਂ ਨੂੰ ਉਹ ਮਿਲੇ ਤਾਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬਣਾਈ ਜਾਣ ਵਾਲੀ ਨਵੀਂ ਪਾਰਟੀ ਦੇ ਵਿੱਚ ਉਹਨਾਂ ਨੂੰ ਜਾਣ ਤੋਂ ਰੋਕਿਆ ਜਾ ਸਕੇ ਕੋਈ ਵੱਡਾ ਐਲਾਨ ਉਹਨਾਂ ਨੇ ਨਹੀਂ ਕੀਤਾ ਇਹ ਕੋਈ ਐਲਾਨੀ ਹੋਈ ਫੇਰੀ ਵੀ ਨਹੀਂ ਸੀ ਇੱਕ ਕਾਂਗਰਸੀ ਵਿਧਾਇਕ ਕਹਿੰਦਾ ਹੈ ਕਿ ਮੁੱਖ ਮੰਤਰੀ ਹੁੰਦਿਆ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਮਿਲਿਆ ਹੀ ਨਹੀਂ ਜਾ ਸਕਦਾ ਸੀ ਘੱਟੋ ਘੱਟ ਚਰਨਜੀਤ ਸਿੰਘ ਚੰਨੀ ਹੁਰੀ ਉਸ ਚੀਜ਼ ਦੇ ਉਲਟ ਵਿਧਾਇਕਾਂ ਦੇ ਘਰੇ ਆਏ ਸਾਡੇ ਵਾਸਤੇ ਇਹ ਹੀ ਬਹੁਤ ਵੱਡੀ ਗੱਲ ਹੈ ਇਹ ਜਿਹੜਾ ਕਾਂਗਰਸੀ ਵਿਧਾਇਕ ਆ ਉਹਨੇ ਇੱਕ ਹੋਰ ਨੇ ਉਹਨੇ ਮੁੱਖ ਮੰਤਰੀ ਚੰਨੀ ਹੁਰਾ ਦੀ ਜਿਹੜੀ ਫੇਰੀ ਆ ਉਹਦੇ ਨਾਲ ਇਹ ਕਿਹਾ ਕਿ ਕਾਂਗਰਸੀ ਆਗੂਆਂ ਦੇ ਨਾਲ رابطہ ਸਿੱਧਾ ਹੋ ਗਿਆ ਕਾਉਂਸਲਰ ਪਦਰ ਤੱਕ ਤੇ 22 ਦੀਆਂ ਚੋਣਾਂ ਦੇ ਵਾਸਤੇ ਇਹ ਲੋਕ ਕੰਮ ਕਰਨਗੇ ਅ ਚਰਨਜੀਤ ਸਿੰਘ ਚੰਨੀ ਹੁਰੀ ਦੇਵੀ ਤਲਾਬ ਮੰਦਿਰ ਵੀ ਗਏ ਵਿਧਾਇਕ ਰਜਿੰਦਰ 베ਰੀ ਦੇ ਘਰੇ ਗਏ ਸਥਾਨਕ ਜਿਹੜੇ ਕਾਉਂਸਲਰ ਨੇ ਉਹਨਾਂ ਦੇ ਨਾਲ ਵੀ ਉਹਨਾਂ ਨੇ ਮੁਲਾਕਾਤਾਂ ਕੀਤੀਆਂ ਇਹ ਜ਼ਰੂਰ ਹੈ ਕਿ ਉਹਨਾਂ ਦੀ ਇਹ ਫੇਰੀ ਕਿੰਨੀਕ ਸਫਲ ਹੁੰਦੀ ਹੈ ਇਹ ਆਪਣੇ ਆਪ ਦੇ ਵਿੱਚ ਸਵਾਲ ਰਹੂਗਾ ਜਦੋਂ ਕਿ ਸਾਬਕਾ ਪ੍ਰਧਾਨ ਕਾਂਗਰਸ ਦੇ ਸੁਨੀਲ ਜਾਖੜ ਹੁਰੀ ਕੋਈ ਮੌਕਾ ਨਹੀਂ ਹੱਥੋਂ ਜਾਣ ਦਿੰਦੇ ਚਰਨਜੀਤ ਸਿੰਘ ਚੰਨੀ ਹੁਰਾਂ ਨੂੰ ਘੇਰਨ ਦਾ ਸ਼ਾਇਦ ਜਿਹੜਾ ਦਰਦ ਸੁਨੀਲ ਜਾਖੜ ਹੁਰਾਂ ਦੇ ਦਿਲ ਦੇ ਵਿੱਚ ਹੈ ਇੱਕ ਚੀਜ਼ ਦੇ ਰੂਪ ਦੇ ਵਿੱਚ ਕਿ ਉਹ ਮੁੱਖ ਮੰਤਰੀ ਬਣਦੇ-ਬਣਦੇ ਰਹਿ ਗਏ ਇਸ ਕਰਕੇ ਉਹ ਨਿਸ਼ਾਨੇ ਚਰਨਜੀਤ ਸਿੰਘ ਚੰਨੀ ਹੁਰਾਂ ਦੇ ਉੱਤੇ ਸਾਧ ਕੇ ਆਪਣੇ ਦਿਲ ਦਾ ਦਰਦ ਹੌਲਾ ਕਰਦੇ ਰਹਿੰਦੇ ਆ ਉਹਨਾਂ ਨੇ ਇੱਕ ਟਵੀਟ ਕਰਕੇ ਚਰਨਜੀਤ ਸਿੰਘ ਚੰਨੀ ਹੁਰਾਂ ਨੂੰ ਘੇਰਿਆ ਇਹ ਕਿਹਾ ਕਿ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 36ਵੀਂ ਵਰ੍ਹੇਗੰਢ ਦੇ ਮੌਕੇ ਦੇ ਉੱਤੇ ਚੰਨੀ ਸਰਕਾਰ ਨੇ ਕੋਈ ਇਸ਼ਤਿਹਾਰ ਨਹੀਂ ਦਿੱਤੇ ਤੇ ਉਹ ਜਿਹੜੇ ਇੰਦਰਾ ਗਾਂਧੀ ਨੂੰ ਯਾਦ ਕਰਨ ਦੇ ਵਾਸਤੇ ਇੱਕ ਇਸ਼ਤਿਹਾਰ ਵੀ ਨਹੀਂ ਦੇ ਸਕੇ ਉਹਨੇ ਟਵਿੱਟਰ ਤੇ ਸੁਨੀਲ ਧਾਕੜ ਉਹਨਾਂ ਨੇ ਲਿਖਿਆ ਕਿ ਮੈਂ ਸਮਝ ਸਕਦਾ ਹਾਂ ਕਿ ਭਾਜਪਾ ਭਾਰਤ ਦੀ ਆਇਰਨ ਲੇਡੀ ਨੂੰ ਇਤਿਹਾਸ ਵਿੱਚੋਂ ਮਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਅਜੇ ਵੀ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਹੈ ਉਹਨਾਂ ਨੇ ਕੁਐਸਚਨ ਮਾਰਕ ਜਿਹੜਾ ਉਹ ਕੀਤਾ ਇਹ ਕਹਿਆ ਕਿ ਪਿਛਲੇ ਸਾਲ ਦੀ ਪੰਜਾਬ ਸਰਕਾਰ ਦੇ ਇਸ ਇਸ਼ਤਿਹਾਰ ਦੀ ਵਰਤੋਂ ਕਰਨ ਤੇ ਕੋਈ ਇਤਰਾਜ਼ ਨਹੀਂ ਕਰਨਗੇ ਉਹਨਾਂ ਪਿਛਲੇ ਸਾਲ ਜਿਹੜਾ ਇਸ਼ਤਿਹਾਰ ਦਿੱਤਾ ਸੀ ਕੈਪਟਨ ਮਿਲਿੰਦਰ ਸਿੰਘ ਦੀ ਸਰਕਾਰ ਨੇ ਉਹਨੂੰ ਟਵੀਟ ਕੀਤਾ ਇਹ ਤੁਸੀਂ ਇਹ ਕਹਿ ਲਓ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਚੀਜ਼ ਆ ਜਿਹੜੀ ਜਾਖੜ ਸਾਹਿਬ ਦੇ ਮਨ ਦੇ ਵਿੱਚ ਰਹਿੰਦੀ ਆ ਕਿ ਕਿੱਥੇ ਮੈਂ ਮੁੱਖ ਮੰਤਰੀ ਹੋਣਾ ਸੀ ਕਿੱਥੇ ਉਹ ਆਇਆ ਵਾਇਆ ਵਾਇਆ ਹੁੰਦੇ ਹੁੰਦੇ ਚਰਨਜੀਤ ਸਿੰਘ ਚੰਨੀ ਹੁਰੀ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਆ ਕੇ ਬੈਠ ਗਏ ਉਹ ਬਰਦਾਸ਼ਤ ਕਰਨਾ ਬੜਾ ਔਖਾ ਹੁੰਦਾ ਹੈ ਇਸ ਕਰਕੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਕੱਢ ਰਹੇ ਨੇ ਗੁਲਾਬੀ ਸੁੰਡੀ ਕਰਕੇ ਨੁਕਸਾਨੀ ਗਈ ਨਰਮੇ ਦੀ ਫਸਲ ਦਾ ਢੁਕਵਾਂ ਮੁਆਵਜ਼ਾ ਨਾ ਮਿਲਣ ਤੋਂ ਨਾਰਾਜ਼ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਔਰ ਸੰਘਰਸ਼ ਦਾ ਐਲਾਨ ਕਰਤਾ ਹੈ ਪੰਜਾਬ ਸਰਕਾਰ ਤੇ ਹਾਕਮ ਧਿਰ ਦੇ ਆਗੂਆਂ ਦੇ ਫਲੈਕਸਾਂ ਦੇ ਉੱਤੇ ਥਾਂ-ਥਾਂ ਦੇ ਉੱਤੇ ਕਾਲਖ ਪੋਤੀ ਜਾ ਰਹੀ ਹੈ ਪਿੰਡਾਂ ਦੇ ਵਿੱਚ ਕਾਂਗਰਸੀ ਆਗੂਆਂ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੂਬੇ 'ਚ ਚੱਲ ਰਹੇ ਅੰਦੋਲਨਾਂ 'ਚ ਮਤਾ ਪਾਸ ਕਰਕੇ ਸੂਬਾ ਸਰਕਾਰ ਦੇ ਵੱਲੋਂ ਐਲਾਨੇ ਮੁਆਵਜ਼ੇ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਗਿਆ। ਆਰੇ ਇਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਅਸੀਂ 12000 ਰੁਪਇਆ ਦੇ ਸਕਦੇ ਹਾਂ ਮੁਆਵਜ਼ਾ। ਆਰੇ ਇਹ ਜਿਹੜੇ ਕਿਸਾਨ ਨੇ ਉਹ ਕਹਿੰਦੇ ਕਿ ਇੱਕ ਤਾਂ ਇਹ ਮੁਆਵਜ਼ਾ ਬਹੁਤ ਥੋੜਾ ਅ ਦੂਜਾ ਇਹ ਕਿ 10% ਦੀ ਖੇਤ ਮਜ਼ਦੂਰਾਂ ਨੂੰ ਦਿੱਤਾ ਜਾਵੇ ਜਿਹੜਾ ਕਿ ਬਹੁਤ ਘੱਟ ਹੈ ਉਹਨਾਂ ਨੇ ਕਹੇ ਕਿ ਨਰਮੇ ਦੀ ਫਸਲ ਦੀ ਨੁਕਸਾਨ ਲਈ 60000 ਰੁਪਇਆ ਪ੍ਰਤੀ ਏਕੜ ਮਜ਼ਦੂਰਾਂ ਨੂੰ ਤੇ 30000 ਰੁਪਇਆ ਪ੍ਰਤੀ ਇੱਕ ਪਰਿਵਾਰ ਜਿਹੜਾ ਉਹ ਮੁਆਵਜ਼ਾ ਮਜ਼ਦੂਰਾਂ ਨੂੰ ਦਿੱਤਾ ਜਾਵੇ 60000 ਰੁਪਇਆ ਫਸਲ ਦੇ ਨੁਕਸਾਨ ਲਈ ਤੇ 30 ਮਜ਼ਦੂਰਾਂ ਨੂੰ ਇਹਨਾਂ ਸੰਭਵ ਨਹੀਂ ਹੋ ਸਕਣਾ ਇਹ ਸਭ ਨੂੰ ਪਤਾ ਹੈ ਸਰਕਾਰ ਦੇ ਅੱਲੇ ਪੱਲੇ ਕੁਝ ਨਹੀਂ ਹੈਗਾ ਸਰਕਾਰ ਨੇ ਕਿੱਥੋਂ ਇਹਨਾਂ ਮੁਆਵਜ਼ਾ ਜਿਹੜਾ ਦੇਣਾ ਮਜ਼ਦੂਰਾਂ ਨੂੰ ਮਿਲਣਾ ਜ਼ਰੂਰ ਚਾਹੀਦਾ ਇਹ ਮੰਗ ਬਿਲਕੁਲ ਜਾਇਜ਼ ਹੈ ਕਿਉਂਕਿ ਜਿਹੜੇ ਹਿੱਸੇ ਠੇਕੇ ਤੇ ਵਾਉਂਦੇ ਨੇ ਇਹ ਉਹਨਾਂ ਨੂੰ ਨਹੀਂ ਮਿਲਣਾ ਇਹਦੇ ਉੱਤੇ ਵੀ ਸਰਕਾਰ ਨੂੰ ਕੋਈ ਨਾ ਕੋਈ ਜਿਹੜਾ ਉਹ ਬਣਾਉਣਾ ਪਊਗਾ ਉਧਰ ਸੰਯੁਕਤ ਕਿਸਾਨ ਮੋਰਚੇ ਨੇ ਇਹ ਗੱਲ ਕਹੀ ਆ ਕਿ ਦਿੱਲੀ ਪੁਲਿਸ ਨੇ ਟਿੱਕਰੀ ਸਰਹੱਦ ਤੋਂ ਰੋਕਾ ਹਟਾਉਣ ਦੀ ਕਾਰਵਾਈ ਸੁਪਰੀਮ ਕੋਰਟ ਦੇ ਦਬਾਅ ਦੇ ਹੇਠ ਕੀਤੀ ਆ ਮੋਰਚੇ ਦੀ ਲੀਗਲ ਟੀਮ ਨੇ ਦੱਸਿਆ ਕਿ ਲਖੀਮਪੁਰ ਖੀਰੀ ਦੇ ਵਿੱਚ 16 ਹੋਰ ਗਵਾਹਾਂ ਦੇ ਸਾਹਮਣੇ ਆਉਣ ਦੀ ਸੰਭਾਵਨਾ ਹੈ ਉਧਰ ਜਿਹੜੇ ਇਸ ਗੱਲ ਦੇ ਉੱਤੇ ਵੀ ਜਿਹੜੇ ਸਵਾਲੀਆ ਚਿੰਨ੍ਹ ਖੜੇ ਹੋ ਰਹੇ ਨੇ ਕਿ ਸ਼ਾਇਦ ਕੇਂਦਰ ਦੀ ਸਰਕਾਰ ਕੋਈ ਐਕਸ਼ਨ ਕਰਕੇ ਕਿਸਾਨਾਂ ਨੂੰ ਉਥੋਂ ਉਠਾ ਸਕਦੀ ਹੈ ਚਾਹੇ ਉਹ ਗਾਜੀਪੁਰ ਵਾਲਾ ਬਾਰਡਰ ਖੋਲ੍ਹਿਆ ਜਾ ਰਿਹਾ ਹੈ ਚਾਹੇ ਇਹ ਟਿੱਕਰੀ ਵਾਲੀਆਂ ਰੋਕਾਂ ਹਟਾਈਆਂ ਗਈਆਂ ਨੇ ਇਹਦੇ ਉੱਤੇ ਜਿਹੜਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਜਿਹੜੇ ਕਿਸਾਨ ਨੇਤਾ ਰਕੇਸ਼ ਟਕੈਤ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਵੇਖ ਲਓ ਸਰਕਾਰ ਜੇ ਉਹ ਹਟਾਉਣਾ ਚਾਹੁੰਦੀ ਆ ਰੋਕਾ ਤੇ ਹਟਾ ਲਵੇ ਉਹ ਕਹਿੰਦੇ ਕਿ ਜਿੰਨੇ ਇੱਥੇ ਸਰਕਾਰੀ ਦਫਤਰ ਨੇ ਅਸੀਂ ਉਹਨਾਂ ਨੂੰ ਮੰਡੀਆਂ ਦੇ ਰੂਪ ਦੇ ਵਿੱਚ ਤਬਦੀਲ ਕਰਦੇ ਹਾਂਗੇ ਤੇ ਜਿਹੜੇ ਗੁਰਨਾਮ ਸਿੰਘ ਚੜੂਨੀ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਫਿਰ ਦੀਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਦੇ ਘਰ ਦੇ ਬਾਹਰ ਜਾ ਕੇ ਮਨਾਵਾਂਗੇ। ਰਕੇਸ਼ ਟਕੈਤੂਰੀ ਪਹਿਲਾਂ ਹੀ ਕਹਿ ਹਟਿਆ ਕਿ ਜੇ ਸਰਹੱਦਾਂ ਖੁੱਲ੍ਹਦੀਆਂ ਨੇ ਤੇ ਅਸੀਂ ਪਾਰਲੀਮੈਂਟ ਦੇ ਬਾਹਰ ਜਾ ਕੇ ਫਸਲ ਵੇਚਣੀ ਆ ਕਿਉਂਕਿ ਸਰਕਾਰ ਇਹ ਕਹਿੰਦੀ ਆ ਕਿ ਨਵੇਂ ਕਾਨੂੰਨਾਂ ਦੇ ਮਤਾਬਕ ਕਿ ਜਿੱਥੇ ਤੁਹਾਨੂੰ ਫਸਲ ਦਾ ਚੰਗਾ ਭਾਅ ਮਿਲਦਾ ਉੱਥੇ ਜਾ ਕੇ ਲੈ ਲਓ ਉਹ ਕਹਿੰਦੇ ਸਾਨੂੰ ਲੱਗਦਾ ਕਿ ਫਸਲ ਦਾ ਚੰਗਾ ਭਾਅ ਸਾਨੂੰ ਪਾਰਲੀਮੈਂਟ ਦੇ ਬਾਹਰ ਮਿਲ ਸਕਦਾ। ਹੁਣ ਸਰਕਾਰ ਦੀ ਇਹਦੇ ਪਿੱਛੇ ਮਨਸ਼ਾ ਕੀ ਆ ਜਿਹੜੇ ਆਪ ਹੀ ਰੋਕਾਂ ਲਾਈਆਂ ਉਹਨੇ ਆਪ ਹੀ ਉਹ ਹਟਾ ਰਹੀ ਹੈ ਇੱਕ ਤਾਂ ਗੱਲ ਹੈਗੀ ਆ ਕਿ ਸੁਪਰੀਮ ਕੋਰਟ ਤੋਂ ਡਰਦਿਆਂ ਹਟਾ ਰਹੀ ਹੈ ਜੇ ਉਹ ਕੁਝ ਐਕਸ਼ਨ ਕਰਨਾ ਚਾਹੁੰਦੀ ਹੈ ਤੇ ਉਹਦੇ ਵਾਸਤੇ ਵੀ ਇੱਕ ਕਿਸਮ ਦੇ ਨਾਲ ਕਿਸਾਨ ਜਥੇਬੰਦੀਆਂ ਨੇ ਚੇਤਾਵਨੀ ਜਾਰੀ ਕਰ ਦਿੱਤੀ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਦਾਨ ਦੇ ਵਿੱਚ ਮਿਲੀ 1200 ਏਕੜ ਦੇ ਬੀਜ ਖੋਜ ਕੇਂਦਰ ਨੂੰ ਚਲਾਉਣ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹੱਥ ਖੜੇ ਕਰ ਦਿੱਤੇ ਆ ਫਰੀਦਕੋਟ रियासत ਦੇ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਨੇ ਸੂਬੇ ਦੇ ਕਿਸਾਨਾਂ ਨੂੰ ਲੇਟੈਸਟ ਬੀ ਮੁਹੱਈਆ ਕਰਾਉਣ ਦੇ ਮਕਸਦ ਦੇ ਨਾਲ ਆਪਣੀ 1200 ਏਕੜ ਜ਼ਮੀਨ ਖੋਜ ਕਾਰਜਾਂ ਦੇ ਲਈ ਮੁਫਤ ਦਾਨ ਵਜੋਂ ਦਿੱਤੀ ਸੀ 30 ਸਾਲ ਪਹਿਲਾਂ ਪੰਜਾਬ ਦੀ ਪੀਏਯੂ ਨੇ ਮਹਾਰਾਜਾ ਹਰਿੰਦਰ ਸਿੰਘ ਬੀਜ ਖੋਜ ਕੇਂਦਰ ਸ਼ੁਰੂ ਕੀਤਾ ਸੀ ਤੇ ਇਸ ਖੇਤ ਖੋਜ ਕੇਂਦਰ ਦੇ ਵਿੱਚ ਯੂਨੀਵਰਸਿਟੀ ਨੇ ਵਧੀਆ ਕਿਸਮ ਦੇ ਬੀਜਾਂ ਦੀ ਖੋਜ ਕੀਤੀ ਸੀ 30 ਸਾਲ ਦਾ ਇਕਰਾਰ ਪੂਰਾ ਹੋਣ ਤੋਂ ਬਾਅਦ ਪੀਏਯੂ ਨੇ ਫਰੀਦਕੋਟ ریاਸਤੀ ਜਾਇਦਾਦ ਸੰਭਾਲ ਰਹੇ ਮਹਾਰਾਵਲ ਖੇਵਾਜੀ ਟਰਸਟ ਦੇ ਨਾਲ ਨਵਾਂ ਸਮਝੌਤਾ ਕਰਨਾ ਸੀ ਟਰਸਟ ਨੇ ਪੀਏਯੂ ਤੋਂ ਬੀਜ ਖੋਜ ਕੇਂਦਰ ਲਈ ਵਰਤੀ ਜਾਣ ਵਾਲੀ 1200 ਏਕੜ ਜ਼ਮੀਨ ਦਾ ਮਾਮੂਲੀ ਠੇਕਾ ਮੰਗਿਆ ਸੀ ਜਿਹਨੂੰ ਦੇਣ ਤੋਂ ਯੂਨੀਵਰਸਿਟੀ ਮੁਕਰ ਗਈ ਹੈ ਫਰੀਦਕੋਟ ਇਲਾਕੇ ਦੇ ਵਿੱਚ ਜ਼ਮੀਨ ਦਾ ਠੇਕਾ 55 ਤੋਂ 50 ਤੋਂ 55000 ਰੁਪਏ ਪ੍ਰਤੀ ਕਿਲਾਜ ਰੋ ਕੇ ਟਰਸਟ ਨੇ ਪੀਏਯੂ ਤੋਂ ਸਿਰਫ 6000 ਰੁਪਏ ਪ੍ਰਤੀ ਕਿਲਾਜ ਹਿਸਾਬ ਦੇ ਨਾਲ ਠੇਕਾ ਮੰਗਿਆ ਸੀ ਪਰ ਯੂਨੀਵਰਸਿਟੀ ਨੇ ਇਹ ਠੇਕਾ ਦੇਣ ਤੋਂ ਨਾ ਕਰਤੀ ਹੈ ਸਿੱਟੇ ਦੇ ਵੱਜੋਂ ਪੀਏਯੂ ਨੇ ਆਪਣਾ ਇੱਥੇ ਚੱਲਦਾ ਖੋਜ ਕੇਂਦਰ ਬੰਦ ਕਰਨ ਤੇ ਇੱਥੇ ਕੰਮ ਕਰਨ ਵਾਲੇ ਕਰੀਬ 300 ਲੋਕਾਂ ਨੂੰ ਫਾਰਗ ਕਰਨ ਦਾ ਫੈਸਲਾ ਕੀਤਾ। ਇਹ ਬੀਜ ਖੋਜ ਕੇਂਦਰ ਲਈ ਪੀਟੀ ਪੀਏਯੂ ਨੇ ਲੇਟੈਸਟ ਮਸ਼ੀਨਰੀ ਖਰੀਦੀ ਸੀ ਜੋ ਜਿਹੜੀ ਕਿ ਹੁਣ ਇੱਥੇ ਬੇਕਾਰ ਹਾਲਤ ਦੇ ਵਿੱਚ ਖੜੀ ਆ। ਮਹਾਰਾਵਲ ਖੇਵਾ ਜੀ ਟਰਸਟ ਦੇ ਮੁਖੀ ਅਧਿਕਾਰੀ ਜਿਹੜਾ ਉਹ ਇਹ ਕਹਿੰਦਾ ਕਿ ਉਹਨਾਂ ਨੇ ਬੀਜ ਖੇਤੀ ਖੋਜ ਕੇਂਦਰ ਲਈ ਇਹ ਜ਼ਮੀਨ ਦੇਣ ਦੀ ਇੱਛਾ ਜ਼ਾਹਰ ਕੀਤੀ ਸੀ ਪਰ ਪੀਏਯੂ ਨੇ ਕੋਈ ਹੰਗਾਰਾ ਨਹੀਂ ਭਰਿਆ ਇਸ ਕਰਕੇ 1200 ਏਕੜ ਦੇ ਵਿੱਚ ਕੋਈ ਵੀ ਫਸਲ ਨਹੀਂ ਬੀਜੀ ਗਈ ਹੁਣ ਸਵਾਲ ਇਹ ਆ ਕਿ ਕੀ ਸਰਕਾਰ ਇੰਨਾ ਵੀ ਨਹੀਂ ਕਰ ਸਕਦੀ ਜਿਹੜੀ ਕਹਿੰਦੀ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਖੇਤੀ ਦੇ ਹੱਕ ਦੇ ਵਿੱਚ ਅਸੀਂ ਖੇਤੀ ਦੇ ਵਾਸਤੇ ਉਹ ਕੀਤਾ ਕਿਸਾਨਾਂ ਦੇ ਵਾਸਤੇ ਆ ਕੀਤਾ ਉਹ ਇੱਕ ਜਿਹੜਾ ਇਹ ਖੋਜ ਕੇਂਦਰ ਹੈ ਉਹਨੂੰ ਬੰਦ ਹੋ ਜਾਣ ਦੇਊ ਕਿ ਇਹ ਬੜਾ ਵੱਡਾ ਸਵਾਲ ਹੈ ਪੀਏਯੂ ਜਿਹਦੇ ਵਿੱਚ ਐਨੇ ਲੋਕ ਕੰਮ ਕਰਦੇ ਆ ਔਰ ਪੀਏਯੂ ਜਿਹੜੀ ਕਿ ਉਹਦਾ ਆਪਣਾ ਬਜਟ ਕਿੰਨਾ ਉਹ ਉਧਰੋਂ ਕੁਝ ਬਜਟ ਘਟਾ ਕੇ ਕੀ ਇਹਦੇ ਵਾਸਤੇ ਨਹੀਂ ਵਰਤ ਸਕਦੀ ਇਹ ਬੜੇ ਵੱਡੇ ਸਵਾਲ ਨੇ ਜੇ ਇਹ ਖੋਜ ਕੇਂਦਰ ਬੰਦ ਹੁੰਦਾ ਤਾਂ ਯਕੀਨ ਕਰਨਾ ਗੁਲਾਬੀ ਸੁੰਡੀ ਵਰਗੇ ਹਮਲੇ ਕਿਸਾਨਾਂ ਦੀਆਂ ਫਸਲਾਂ ਦੇ ਉੱਤੇ ਹੋਰ ਹੋਣਗੇ ਔਰ ਵੱਡੇ ਹੋਣਗੇ ਵਧਾਂਚਾ ਬਲਕਾ ਬੱਲੂਆਣਾ ਤੋਂ ਅਕਾਲੀ ਦਲ ਦੇ ਵੱਲੋਂ ਐਲਾਨੇ ਗਏ ਉਮੀਦਵਾਰ ਹਰਦੇਵ ਸਿੰਘ ਗੋਬਿੰਦਗੜ ਵਵਾਦਾਂ ਦੇ ਵਿੱਚ ਘਿਰ ਗਿਆ। ਇਹ ਇਹ ਪਤਾ ਲੱਗਾ ਕਿ ਇੱਕ ਤਾਂ ਵੱਖ-ਵੱਖ ਧਰਾਵਾਂ ਦੇ ਤਹਿਤ ਉਹਦੇ ਉੱਤੇ ਕੇਸ ਦਰਜ ਹੋਏ ਸੀ ਤੇ ਡੇਰਾ ਪ੍ਰੇਮੀ ਆ ਉਹ। ਇਹ ਉਹਨਾਂ ਦੀ ਜਿਹੜੀ ਕਮੇਟੀ ਹੁੰਦੀ ਉਹਦੇ ਵਿੱਚ ਮੈਂਬਰ ਰਿਹਾ। ਤੇ ਇਹ ਆਖਿਆ ਗਿਆ ਕਿ ਹਾਈ ਕਮਾਂਡ ਇਸ ਫੈਸਲੇ ਦੇ ਉੱਤੇ ਮੁੜ ਕੇ ਗੌਰ ਕਰੇ। ਹਰਦੇਵ ਸਿੰਘ ਦੇ ਉੱਤੇ ਅਬੋਹਰ ਦੇ ਵਿੱਚ 25 ਸਤੰਬਰ 96 ਨੂੰ ਐਨਡੀਪੀਐਸ ਐਕਟ ਦੇ ਤਹਿਤ ਅਫੀਮ ਦਾ ਕੇਸ ਦਰਜ ਹੋਇਆ ਸੀ ਉਹ ਡੇਰੇ ਦਾ ਡੇਰਾ ਸਰਸਾ ਦਾ ਪ੍ਰੇਮੀ ਹੈ ਉਹ ਜਿਹੜੇ ਉੱਥੋਂ ਦੇ ਲੋਕਲ ਨੇ ਜਿਹੜੇ ਆਪ ਟਿਕਟ ਦੀ ਭਾਲ ਦੇ ਵਿੱਚ ਨੇ ਉਹ ਕਹਿੰਦੇ ਆ ਕਿ ਪੰਥਕ ਪਾਰਟੀ ਇੱਕ ਡੇਰਾ ਪ੍ਰੇਮੀ ਨੂੰ ਟਿਕਟ ਕਿਵੇਂ ਦੇ ਸਕਦੀ ਆ ਉਹਨਾਂ ਨੇ ਉਹ ਟਵੀਟ ਵੀ ਵਿਖਾਏ ਜਿਹਦੇ ਵਿੱਚ ਇਹ ਜਿਹਨੂੰ ਉਮੀਦਵਾਰ ਐਲਾਨਿਆ ਗਿਆ ਹਰਦੇਵ ਸਿੰਘ ਉਨੇ ਅੰਦੋਲਨਕਾਰੀ ਕਿਸਾਨਾਂ ਦੇ ਉੱਤੇ ਇਤਰਾਜ਼ ਯੋਗ ਟਿੱਪਣੀਆਂ ਕੀਤੀਆਂ ਹੋਈਆਂ ਨੇ ਜਦੋਂ ਕਿ ਜਿਹਨੂੰ ਇਹ ਟਿਕਟ ਦਿੱਤੀ ਗਈ ਆ ਉਹ ਇਹ ਗੱਲ ਕਹਿੰਦਾ ਹੈ ਕਿ ਮੇਰਾ ਐਵੇਂ ਅਕਸ ਖਰਾਬ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦਾ ਮੈਨੂੰ ਪਤਾ ਹੀ ਨਹੀਂ ਮੈਂ ਤਾਂ ਵਰਤਦਾ ਨਹੀਂ ਸੋਸ਼ਲ ਮੀਡੀਆ ਤੇ ਉਹ ਵੀ ਕਹਿੰਦਾ ਉਹ ਕੋਈ ਡੇਰਾ ਪ੍ਰੇਮੀ ਨਹੀਂ ਇਹ ਸਭ ਨੂੰ ਪਤਾ ਕਿ ਉਹ ਡੇਰਾ ਪ੍ਰੇਮੀ ਸੀ ਇਥੇ ਧੂਰੀ ਦੇ ਵਿੱਚ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਕੁਝ ਆਗੂ ਜਿਹਦੇ ਵਿੱਚ ਸਿਹਤ ਮੰਤਰੀ ਸ਼ਾਮਲ ਨੇ ਦਿੱਲੀ ਦੇ ਸਟੈਂਡਰ ਡੈਨਹਰੀ OISAN OB ਜਿਹੜੀ 11 ਮੈਂਬਰੀ ਕਮੇਟੀ ਆ ਡੇਰੇ ਦੀ ਉਹਦੇ ਵਿੱਚ ਉਹ ਸ਼ਾਮਲ ਰਿਹਾ ਉਹਦੇ ਘਰ ਸਵਾਗਤ ਦੇ ਵਿੱਚ ਆਏ ਸੀ ਤਾਂ ਉਹਨੂੰ ਟਿਕਟ ਦੇਣ ਦੇ ਆ ਜਿਹੜੇ ਉਹ ਚੱਕਰ ਦੇ ਵਿੱਚ ਦਸਦੀ ਆ ਆਮ ਆਦਮੀ ਪਾਰਟੀ ਮਤਲਬ ਕਿ ਜਿਹੜੇ ਡੇਰਾ ਪ੍ਰੇਮੀ ਨੇ ਜਿਹੜਾ ਡੇਰੇ ਵਾਲਿਆਂ ਨੂੰ ਸਿੱਧੇ ਰੂਪ ਦੇ ਵਿੱਚ ਨਹੀਂ ਅਸਿੱਧੇ ਰੂਪ ਦੇ ਵਿੱਚ ਤਾਂ ਪਾਰਟੀਆਂ ਕੁਝ ਨਾ ਕੁਝ ਦੇਰੀਆਂ ਨੇ ਤਾਂ ਕਿ ਉਹਨਾਂ ਦੇ ਰੂਪ ਦੇ ਵਿੱਚ ਉਹ ਉਹਨਾਂ ਤੋਂ ਵੋਟਾਂ ਦੀ ਆਸ ਰੱਖ ਸਕਣ ਕਾਂਗਰਸ ਦੀ ਜਨਰਲ ਸਕੱਤਰ ਪ੍ਰੇਨਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਿੱਤਿਆਨਾਥ ਦੇ ਘੜ ਗੁਰੂਖਪੁਰ ਦੇ ਵਿੱਚ ਉਹਨੂੰ ਚੁਣੌਤੀ ਦਿੰਦਿਆਂ ਆਪਣੀ ਜਿਹੜੀ ਵਾਅਦਿਆਂ ਦੀ ਲੜੀ ਨੂੰ ਅੱਗੇ ਵਧਾਇਆ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰੇਨਕਾ ਗਾਂਧੀ ਵਾਡਰਾ ਨੇ ਆਖਿਆ ਕਿ ਜੇ ਕਾਂਗਰਸ ਯੂਪੀ ਦੀ ਸੱਤਾ 'ਚ ਆਈ ਤਾਂ 20 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਊਗਾ ਔਰਤਾਂ ਨੂੰ ਬੱਸ 'ਚ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਜਾਊਗੀ ਮੱਛੀ ਪਾਲਣ ਨੂੰ ਖੇਤੀ ਦਾ ਦਰਜਾ ਦਿੱਤਾ ਜਾਊਗਾ ਉਹਨਾਂ ਐਲਾਨ ਕੀਤਾ ਕਿ ਗੋਰਖਨਾਥ ਦੇ ਗੁਰੂ ਦੇ ਨਾਮ ਦੇ ਯੂਨੀਵਰਸਿਟੀ ਬਣਾਈ ਜਾਊਗੀ ਨਿਸ਼ਾਦ ਭਾਈਚਾਰੇ ਦਾ ਦਰਿਆਵਾਂ ਤੇ ਰੇਤ ਖਦਾਈ ਤੇ ਹੱਕ ਹੋਊਗਾ ਪ੍ਰਿੰਕਾ ਗਾਂਧੀ ਵਾਡਰਾਂ ਨੇ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਇਹ ਡਹਾਹਕ ਤੇ ਠੇਕੇ ਤੇ ਕੰਮ ਕਰਦੇ ਲੋਕਾਂ ਨੂੰ ਪੱਕਾ ਕੀਤਾ ਜਾਊਗਾ ਕਿਸਾਨਾਂ ਲਈ ਉਹਨਾਂ ਨੇ ਐਲਾਨ ਕੀਤਾ ਕਿ ਕਣਕ ਤੇ ਝੋਨੇ ਦੀ ਫਸਲ ਦੀ ਖਰੀਦ ਕੀਮਤ 2500 ਰੁਪਇਆ ਤੇ ਗੰਨੇ ਦਾ ਘੱਟੋ-ਘੱਟ ਭਾਅ 400 ਰੁਪਇਆ ਕੀਤਾ ਜਾਊਗਾ। ਔਰਤਾਂ ਨੂੰ 1 ਸਾਲ ਦੇ ਵਿੱਚ 3 ਗੈਸ ਸਿਲੰਡਰ ਮੁਫਤ ਦਿੱਤੇ ਜਾਣਗੇ ਤੇ ਸਾਰਿਆਂ ਦੇ ਇਲਾਜ ਲਈ 10 ਲੱਖ ਰੁਪਏ ਦਿੱਤੇ ਜਾਣਗੇ। ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਨਾ ਯਕੀਨੀ ਬਣਾਇਆ ਜਾਊਗਾ। ਆਸ਼ਾ ਵਰਕਰਾਂ ਨੂੰ ਹਰ ਮਹੀਨੇ 10000 ਰੁਪਏ ਦਿੱਤੇ ਜਾਣਗੇ। ਸਵਾਲ ਵੱਡਾ ਇਹ ਹੈ ਕਿ ਇਹਨੇ ਐਲਾਨ ਪੂਰੇ ਹੋ ਸਕਦੇ ਆ? ਕਿਉਂਕਿ ਇਸੇ ਤਰ੍ਹਾਂ ਦੇ ਐਲਾਨ ਕਰਕੇ 2017 ਦੇ ਵਿੱਚ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਸਰਕਾਰ ਬਣੀ ਸੀ ਉਸ ਸਰਕਾਰ ਦਾ ਕੀ ਹਸ਼ਰ ਹੋਇਆ ਕਾਂਗਰਸ ਨੂੰ ਭੁੱਲਿਆ ਥੋੜੀ ਐ ਅੱਜ ਕਾਂਗਰਸ ਨੂੰ ਉਹਨਾਂ ਸਵਾਲਾਂ ਦੇ ਜਵਾਬ ਤਾਂ ਦੇਣੇ ਪੈ ਰਹੇ ਆ ਜਿੰਨੇ ਇਹਦੇ ਵਿੱਚੋਂ ਵਾਅਦੇ ਕੀਤੇ ਗਏ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਵਾਅਦੇ ਇਸ ਤਰ੍ਹਾਂ ਦੇ ਆ ਜਿਹੜੇ ਕਿ ਇੱਥੇ ਪੰਜਾਬ ਦੇ ਵਿੱਚ 20 2016 ਦੇ ਦੌਰਾਨ ਕਾਂਗਰਸ ਦੇ ਵੱਲੋਂ ਕੀਤੇ ਗਏ ਸੀ ਪਹਿਲਾਂ ਇਹ ਤਾਂ ਦੇਖ ਲਓ ਕਿ ਪੂਰੇ ਦਾ ਪੂਰਾ ਕਰਜ਼ਾ ਕਿਸਾਨਾਂ ਦਾ ਤੁਸੀਂ ਮਾਫ਼ ਕਿਵੇਂ ਕਰ ਸਕਦੇ ਹੋ ਜਾਂ ਜਿਹੜੀਆਂ ਬਾਕੀ ਸਹੂਲਤਾਂ ਦੇ ਢੇਰ ਲਾਏ ਜਾ ਰਹੇ ਆ ਉਹ ਤੁਸੀਂ ਕਿੱਥੋਂ ਦੇ ਸਕਦੇ ਹੋ ਸਿਆਸੀ ਪਾਰਟੀਆਂ ਨੇ ਇਹ ਇੱਕ ਤਰੀਕਾ ਬਣਾ ਲਿਆ ਕਿ ਲੋਕਾਂ ਦੇ ਨਾਲ ਵਾਅਦੇ ਕਰੋ ਸਰਕਾਰ ਬਣਾ ਲਓ ਉਸ ਤੋਂ ਬਾਅਦ ਕੀਨੇ ਪੁੱਛਣਾ ਫਿਰ ਜ਼ਿਆਦਾ ਤਰਦਦ ਕਰਨ ਦੀ ਕੋਈ ਲੋੜ ਨਹੀਂ ਆ ਸਰਕਾਰ ਚਲਾਓ ਅਖੀਰਲੇ ਸਾਲ ਜਾ ਕੇ ਜਾਂ ਤਾਂ ਮੁੱਖ ਮੰਤਰੀ ਬਦਲ ਦਿਓ ਜਾਂ ਫਿਰ ਇਹ ਕਹਦੇ ਹੋ ਕਿ ਫਲਾਨੇ ਨੇ ਕੀਤੇ ਸੀ ਉਹਦੇ ਕੋ ਪੂਰੇ ਨਹੀਂ ਕੀਤੇ ਜਾ ਸਕੇ ਬਹੁਤ ਬਹੁਤ ਧੰਨਵਾਦ ਮੇਰੀ ਥਾਰੀ ਬੁਲਾਕਾ ਕੱਲ ਦੁਬਾਰਾ ਹੋ ਕੀਤਾ ਤੱਕਲੀ ਜਾਂਚ ਦਿਓ ਜੀ ਸਤਿ ਸ਼੍ਰੀ ਅਕਾਲ